ਸਿੰਧੀਆਂ ਦੇ ਬਹੁਤ ਵੇਲੇ, ਕਿਉਂਕਿ ਕੋਈ ਰਹਿਬਰ ਕਿਸੇ ਵੀ ਧਰਮ ਦਾ ਜਾਂ ਸਨਾਤਨ ਧਰਮ ਦਾ ਹੋਰ ਕਈ ਅਵਤਾਰ ਹੋਏ ਨੇ, ਸਿੱਖ ਤਾਂ ਕੋਈ ਨਹੀਂ ਹੈ ਪਰ ਗੁਰੂ ਨਾਨਕ ਰਾਏ ਹੈ ਸਿੰਘ। ਦਰਬਾਰ ਸਾਹਿਬ ਮਿਊਜ਼ੀਅਮ ਵਿੱਚ ਮੈਂ ਬਣਿਆ ਹੈ, ਪੰਜਾਬ ਦੇਖਿਆ ਹੈ, ਸਿੱਖ ਦੇ ਸ਼ਹਿਰ ਲਿਖੇ ਹੋਏ ਨੇ, ਸਾਧ ਮਹਿਲਾ ਸ਼ਾਹ ਲਾਗਾ ਜਿੱਥੇ ਜਿੱਥੇ ਗੁਰੂ ਨਾਨਕ ਮਾਤਸ਼ਾਹ ਚਲੇ ਯਾਤਰਾ ਕੀਤੀ ਅੰਦਾਜ਼ ਉਹਨਾਂ ਨੇ ਉਹਨਾਂ ਲਿਖੇ ਸਿੱਖ ਦੇ ਸ਼ਹਿਰ ਲਿਖੇ ਦਰਬਾਰ ਸਾਹਿਬ ਮੈਂ ਸਤਿਗੁਰ ਦੀ ਮਿਹਰ ਪੈ ਗਈ ਨਾ ਕਿਸੇ ਸ਼ਹਿਰ ਲਿਖਿਆ ਰਹਿਮ ਦਾ ਇਸ਼ਾਰਾ ਗੁਰੂ
ਇਹ ਗੁਰੂ ਨਾਨਕ ਦੇਵ ਰਹਿਮਤ ਦਾ ਇੱਕ ਸੈਲਾਬ ਜਿਹੜਾ ਸੰਗਤ ਰੂਪ ਵਿੱਚ ਚੱਲ ਰਿਹਾ ਹੈ। ਇਹਨੂੰ ਲਾਹਾ ਲਓ ਮਹਾਰਾਜ ਦਾ ਫਰਮਾਨ। ਜੋ ਤੋ ਤੇ ਮੁਖੇ ਨੇ
ਅੱਜ ਮੈਸੇਜ ਆਇਆ ਸੀ ਸੁਬਾਹ ਕਿ ਅੱਜ ਗੁਰੂ ਰਾਮਦਾਸ ਸਾਹਿਬ ਦਾ ਗੁਰਤਾ ਗੱਦੀ ਗੁਰਪੁਰਬ ਹੈ। ਅੱਜ ਸਵੇਰੇ ਮੈਸੇਜ ਆਇਆ ਸੀ ਕਿ ਮਹਾਰਾਜ ਦੀ ਬਖਸ਼ਿਸ਼ ਸਤਿਗੁਰੂ ਰਾਮਦਾਸ ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਸੰਤਾਨ ਸਤਿਗੁਰੂ ਰਹਿਮ ਦੁਨੀਆਂ 'ਤੇ ਹੁਣ ਵੀ ਮੇਰੇ ਖਿਆਲ ਇੱਕ ਮਹੀਨਾ ਲਗਭਗ ਹੋਇਆ ਹੈ, ਇੱਕ ਬਹੁਤ ਬੜੀ ਬਖਸ਼ਿਸ਼ ਸੰਸਾਰ ਦੇ ਸਾਹਮਣੇ ਰੋਜ਼ ਆਉਂਦੇ ਹੈ। ਲੇਕਿਨ ਕਈ ਸਾਲਾਂ ਤੋਂ ਇੱਕ ਬਾਬਾ ਬਜ਼ੁਰਗ ਸੂਰਮਾ ਸਿੰਘ ਬਲਾਈਸ ਜਿਹੜਾ ਕਈ ਸਾਲਾਂ ਤੋਂ ਸਵੇਰੇ ਮਹਾਰਾਜ ਦੇ ਪ੍ਰਕਾਸ਼ ਵੇਲੇ 4 ਵਜੇ ਉਹ ਸਵੇਰੇ ਪੜ੍ਹਦਾ ਹੁੰਦਾ ਸੀ। ਕਈ ਸਾਲਾਂ ਤੋਂ ਆਪਣੇ ਪੁੱਤਰ ਨਾਲ ਹਾਜ਼ਰੀ ਦੇਣ ਵਾਸਤੇ ਦਰਬਾਰ ਸਾਹਿਬ ਪਹੁੰਚ ਜਾਂਦਾ ਸੀ। ਰਾਤ ਦੇ ਅੰਦਰ ਉਹਦੇ ਅੰਦਰੋਂ ਤੋਂ ਜਾਗ ਪਿਆ, ਅੰਦਰੋਂ ਤੇ ਉਹਨੇ ਸਤਿਗੁਰ ਨੂੰ ਮਤਲਬ ਆਪਣੇ ਨਾਲ ਆਪਣੇ ਆਪ ਨੂੰ ਸਤਿਗੁਰ ਨਾਲ ਮਿਲਾ ਦਿੱਤਾ। ਲੇਕਿਨ ਬਾਹਰੋਂ ਦਰਸ਼ ਦੇਖਣ ਵਾਸਤੇ ਸ਼ਾਇਦ ਕੋਈ ਅਰਦਾਸ ਰਹਿ ਗਈ ਹੋਵੇ। ਉਹ ਮਹਾਰਾਜ ਨੇ ਕਰਿਸ਼ਮਾ ਕਰ ਦਿੱਤਾ ਕਿ ਉਸ ਸਮੇਂ ਪੜ੍ਹਦੇ ਪੜ੍ਹਦੇ ਉਹ ਰੋ ਕੇ ਕਹਿਣ ਲੱਗਾ, ਅੱਜ ਤੱਕ ਮੈਂ ਬਾਹਰ ਦੀ ਦੁਨੀਆਂ ਤੋਂ ਮਤਲਬ ਬੇਖਬਰ ਸੀ, ਅੰਦਰ ਦੇ ਸਤਿਗੁਰ ਨੇ ਮੇਰੀ ਇਹ ਅਰਦਾਸ ਵੀ ਸੁਣ ਲਈ, ਜਿਵੇਂ ਅੰਦਰੋਂ ਮੈਨੂੰ ਦਰਸ਼ਨ ਕਰਾਇਆ ਜਿਵੇਂ ਬਾਹਰੋਂ ਵੀ ਸਾਹਮਣੇ ਵੇਖ ਰਿਹਾ। ਕਿ ਉਹਨੇ ਸਵੇਰ ਪੜ੍ਹਦੇ ਪੜ੍ਹਦੇ ਅੰਮ੍ਰਿਤ ਵੇਲੇ ਅੱਖਾਂ ਵਿੱਚ ਰੋਸ਼ਨੀ ਜੋਤ ਆ ਗਈ, ਉਹਨੇ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਸਾਹਮਣੇ ਤੱਕ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਉਹਦੀਆਂ ਬਰਕਤਾਂ ਰੋਜ਼ ਬਖਸ਼ਿਸ਼ ਕਾਇਮ ਸਤਿਗੁਰ ਦਰਬਾਰ ਇੱਕ ਮਹੀਨੇ ਦੀ ਲਗਭਗ ਡੇਢ ਮਹੀਨੇ ਦੀ ਗੱਲ ਹੈ ਕਿ ਉਹ ਸਵੇਰ ਪੜ੍ਹਦੇ ਪੜ੍ਹਦੇ ਉਹਦੇ ਅੱਖਾਂ ਵਿੱਚ ਜੋਤ ਆ ਗਈ ਤੇ ਗੁਰੂ ਰਾਮਦਾਸ ਰਾਤ